सरपैंच जनाब, नंबरदार दलवर नैन साहब, आप सीढ़ी और जनाब राजा इरफान साहब साफ तो आ इन्होंने चार दिन दावत दावत एक शेर इन्होंने चार दिन दावत में सराहा। उसके बाद मेरा मजमून जारी है सस्ती अला सस्ती ने मजमून का शेर सुनाता पर इन्होंने दोस्तों चार दिन दावत एक शेर में पेश करना है। तो शहर दे मोहतरम याद ना मुखातब हो जितू कोई लिखने आने हैं इन्होंने चार दिन ठीक है कोई याद नहीं अलग शेर पढ़ो इसी तरह आदम जमला को
ਇਸੇ ਤਰ੍ਹਾਂ ਪਤਾ ਤੋਂ ਮੇਰੇ ਘਰ ਬਹੁਤ ਹੀ ਖੂਬਸੂਰਤ ਲੜਕੀ ਹੈ, ਉਸ ਨਾਲ ਰਿਸ਼ਤਾ ਮੰਗਣ ਵਾਸਤੇ ਆਦਮ ਜਾਨ ਪਤਾ ਤੋਂ ਮੇਰੇ ਘਰ ਜਾਣਾ। ਜਿਸ ਟਾਈਮ ਸੱਸੀ ਜਿਹੜਾ ਉਸਨੇ ਕੱਲ ਕਵੀ ਪਿਆ ਸੀ ਉਸੇ ਦਾ ਦੇਖਿਆ ਸੀ ਕਿ ਆਦਮ ਜਾਨ ਦੀ ਬੇਟੀ ਹੈ। ਪਤਾ ਚੱਲਣਾ ਕਿ ਆਦਮ ਜਾਨ ਨਾਮ ਦਾ ਗੁਸ਼ਕ ਰਿਸ਼ਤਾ ਮੰਗਣ ਵਾਸਤੇ ਆਇਆ। ਜਿਸ ਟਾਈਮ ਉਹ ਕਵੀ ਚੱਕਣੀ ਉਸ ਟਾਈਮ ਪਤਾ ਲਾਉਣਾ ਕਿ ਆਦਮ ਜਾਨ ਉਸ ਦਾ ਵਾਪ ਹੈ, ਆਦਮ ਜਾਨ ਉਸ ਦੀ ਨਾ ਪੈ ਜਾਣਾ। ਇਹ ਮੇਰੀ ਉਹ ਹੀ ਬੇਟੀ ਹੈ ਜਿਸ ਕੀ ਮੈਂ ਸੁਣ ਕੇ ਸਭ ਦਾ ਹੋਇਆ ਸੀ ਘਰ ਲੈ ਜਾਣਾ। ਸਾਰੇ ਮੁਲਕਾਂ ਦੇ ਸ਼ਾਇਦ ਆਉਂਦੇ ਨੇ ਤਸਵੀਰਾਂ ਆਉਂਦੀਆਂ ਉਸਕੀ ਦੁਕਾਨੀਆਂ ਸੈਲੀਆਂ ਆਉਂਦੀਆਂ ਜਿਸ ਟਾਈਮ ਖੁੱਲੂ ਖਾਨ ਸ਼ਹਿਜ਼ਾਦੇ ਦੀ ਉਹਦੇ ਸਿਰ ਤਕੜੀ ਤੇ ਉਸਦੀ ਨਜ਼ਰ ਉੱਥੇ ਹੀ ਰੁਕ ਜਾਣੀ ਵੀ ਉਹ ਹੀ ਉੱਚਕ ਜਿਸ ਕੀ ਮੈਂ ਖਾ ਵੀ ਚੱਕਿਆ ਸੀ। ਆਪਣੀਆਂ ਸਹੇਲੀਆਂ ਦੀ ਗੱਲ ਦੱਸਣੀ ਇਸ ਸੰਬੰਧੇ ਨਾਲ ਮੇਰਾ ਕਾਲ ਇਸ ਸੰਬੰਧੇ ਨਾਲ ਪਤਾ ਕਿਸ ਤਰ੍ਹਾਂ ਲੜ ਸਕਦਾ। ਉਹ ਸਹੇਲੀਆਂ ਉਸਦੀਆਂ ਆਣੀਆਂ ਕਿ ਤੂੰ ਉੱਥੋਂ ਦੇ ਗੁਜ਼ਰਨੇ ਉਹ ਕਿਹ ਜਵਾਕਰਾਂ ਦਾ ਸ਼ਹਿਜ਼ਾਦਾ ਹੈ ਆਪਣੇ ਕੋਲ ਬਣਾ ਲੈਣੀ ਜਿਹੜੇ ਦਰਬਾਰ ਹੋਏ ਉਹਨਾਂ ਦੀ ਆਦਤ ਦੇਣੀ ਜਿੰਨੇ ਵੀ ਉਠਾ ਰਹੇ ਹਨ ਉਹ ਸਾਰੇ ਉਸ ਵਾਹ ਕੇ ਜਾ ਰਹੇ ਜਿਸ ਦੇ ਬਾਹਰ ਵੀ ਜਾ ਰਹੇ ਜਿਸ ਟਾਈਮ ਨੂੰ ਲੈ ਕੇ ਉਸ ਬਾਗ ਵਿੱਚ ਵਧੇ ਜਾਣੇ ਜਿਹੜੇ ਉੱਠਾ ਲੈ ਆਉਣੇ ਉਹ ਵਾਪਸ ਚਲੇ ਜਾਣੇ ਕਿ ਮਗਰਾਂ ਉਸ ਖੁਦੋ ਖਾਨ ਸ਼ਹਿਜ਼ਾਦੇ ਕੇ ਲੈ ਕੇ ਆਉਣੇ ਲਾਗੇ ਬਾਗੇ ਲਾਗੇ ਪਹੁੰਚਣੇ ਕਿਉਂਕਿ ਪੁਰਾਣਾ ਜ਼ਮਾਨਾ ਸੀ ਸਾਰਾ ਸਫ਼ਰ ਨਾ ਪੈਦਲ ਤੈਅ ਕੀਤਾ। ਜਿਸ ਟਾਈਮ ਉਹ ਬਾਗ ਵਿੱਚ ਪਹੁੰਚੇ ਥੱਕੇ ਆ ਰਹੇ ਹੋਏ ਉੱਥੇ ਆ ਕੇ ਸਹਿ ਗਏ ਉਸ ਦਿਨ ਕਿਤਨੇ ਕਿਤੇ ਖੁਸ਼ੀ ਮਨਾਈ ਗਈ ਕਿ ਜਿਸ ਦੀ ਕੋਈ ਹੱਦ ਨਹੀਂ ਹੈ। ਨੀਂਦ ਬੇਹੋਸ਼ ਹੋ ਜਾਣਾ ਇਸ਼ਕ ਨੀ ਸੱਸੀ ਹੈ ਸੁੱਚ ਕਰਨੀ ਹੈ ਕਿ ਜਿਹੜਾ ਮੇਰਾ ਮਹਿਬੂਬ ਹੈ ਉਸਕੀ ਕਿਸ ਤਰ੍ਹਾਂ ਜਗਾਇਆ ਜਾਏ। ਸਿਰ ਵਿੱਚ ਖਿਆਲ ਲੈ ਕੇ ਇਤਨਾ ਪੈਦਲ ਚੱਲ ਗਿਆ ਆ ਥੱਕਿਆ ਆ ਰਿਹਾ ਉਧਰੋਂ ਇਸ਼ਕ ਇਹ ਗੱਲ ਆਪਣਾ ਕਿ ਤੂੰ ਆਪਣੇ ਮਹਿਬੂਬ ਨਾਲ ਦੀਦਾਰ ਕਰ ਇਸ ਨੂੰ ਮੈਂ ਦੱਸਾਂ ਸਹੀ ਕਰਨਾ ਖਿਆਲ ਸਰਕਾਰ ਫਰਮਾਉਣੇ ਲਿਖ ਦੋ
ਬਲੋਚੀ ਜ਼ਬਾਨ ਦਾ ਲਫ਼ਜ਼ ਹੈ ਜਿੰਨ ਕੇ ਆਪਣੇ ਬਾਲਾਂ ਕੀ ਪਾਣੀ ਵਿੱਚ ਡਬੋਈ ਦੇ ਆਪਣੇ ਬਾਲਾਂ ਨੂੰ ਪਾਣੀ ਵਿੱਚ ਪੀਏ ਪੀਏ